ਜਦੋਂ ਬੰਦਾ ਕਿਸੇ ਦੇ ਘਰੇ ਆਉਂਦਾ ਹੈ, ਕਿਸੇ ਨੂੰ ਯਾਰ ਮੰਨ ਲੈਂਦਾ, ਉਦੋਂ ਹਮੇਸ਼ਾ ਦੂਸਰੇ ਯਾਰ ਨੂੰ ਆਪਣੇ ਯਾਰ ਦੇ ਘਰੇ ਜਾਣ ਲੱਗਿਆ ਅੱਖ ਦੀ ਮੈਲ ਬਾਹਰ ਰੱਖ ਕੇ ਆਉਣੀ ਪੈਂਦੀ ਹੈ, ਕਿਉਂਕਿ ਤੁਹਾਡੇ ਯਾਰ ਦੋਸਤ ਦੀ ਭੈਣ ਉਹ ਤੁਹਾਡੀ ਭੈਣ ਹੋਣੀ ਚਾਹੀਦੀ ਹੈ, ਤੁਹਾਡੇ ਯਾਰ ਦੋਸਤ ਦੀ ਮਾਂ ਉਹ ਤੁਹਾਡੀ ਮਾਂ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਯਾਰ ਮਾਰ ਕਰਨ ਵਾਲੇ ਬੰਦੇ ਨੂੰ ਜਿੱਥੇ ਵੀ ਦਿਸਦਾ ਜਾਨੋ ਮਾਰ ਦਿਓ, ਮੈਂ ਤਾਂ ਕਹਿੰਦਾ।